ਨੌਜਵਾਨ ਬੱਚੇ ਨੌਜਵਾਨ ਬੱਚੀਆਂ ਪਹਿਲਾਂ ਤਾਂ ਬਹੁਤ ਚੰਗਾ ਲੱਗਾ ਤੁਸੀਂ ਬੋਲੇ ਹੋ ਤੁਸੀਂ ਤਿਆਰੀ ਕੀਤੀ ਹੈ ਔਰ ਮਾਪਿਆਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਤਿਆਰੀ ਕਰਵਾਈ ਹੈ ਮੈਂ ਦੋ ਚਾਰ ਚੀਜ਼ਾਂ ਜਿਹਨੂੰ ਆਪਾਂ ਅੱਗੋਂ ਵਾਸਤੇ ਪਲਾਨਿੰਗ ਕੈ ਲਈਏ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹਾਂਗਾ ਇੱਕ ਤਾਂ ਆਪਾਂ ਇਹ ਪ੍ਰੋਗਰਾਮ ਬਣਾਈਏ ਤੁਸੀਂ ਬਹੁਤ ਸਾਰੇ ਪੰਜਾਬੀ ਚੰਗੀ ਤਰ੍ਹਾਂ ਪੜ੍ਹਦੇ ਹੋ ਪਾਠ ਕਰ ਲੈਂਦੇ ਹੋ ਕਿ ਆਪਾਂ ਮਹੀਨੇ ਦਾ ਇੱਕ ਸਧਾਰਨ ਪਾਠ ਬੱਚੇ ਕਰ ਲਿਆ ਕਰਨ ਇੱਕ ਸਧਾਰਨ ਪਾਠ ਬੱਚੀਆਂ ਕਰ ਲਿਆ ਕਰਨ ਤਾਂ ਤੁਸੀਂ ਬਹੁਤ ਜਾਣੇ ਪਾਠੀ ਹੋਵੋਗੇ ਕੋਈ ਮੁਸ਼ਕਲ ਨਹੀਂ ਹੋਏਗਾ ਔਰ ਉਹ ਚੰਗਾ ਲੱਗੇਗਾ ਤੁਹਾਡੇ ਚੋਂ ਜਿਹੜੇ-ਜਿਹੜੇ ਵੀ ਤੁਸੀਂ ਸਮਝ ਦਿਓ ਕਿ ਤੁਸੀਂ ਪਾਠ ਕਰ ਲੈਂਦੇ ਹੋ ਤੁਸੀਂ ਉਸ ਪਾਠ ਵਿੱਚ ਹਿੱਸਾ ਪਾਇਆ ਕਰੋਗੇ ਉਹ ਸਾਨੂੰ ਦੱਸ ਦਿਓ ਇੱਕ ਵਾਰੀ ਪਾਠ ਸੁਣਾ ਦਿਓ ਤਾਂ ਕਿ ਸਾਨੂੰ ਪਤਾ ਹੋਵੇ ਤੁਹਾਨੂੰ ਪਾਠ ਆਉਂਦਾ ਜਿਹੜੇ ਹੁਣ ਨਾ ਸੁਣਾ ਸਕੋ ਛੋੜੇ ਦਿਨਾਂ ਤੱਕ ਸੰਤ ਨਿਸ਼ਾਨ ਸਿੰਘ ਜੀ ਇੱਥੇ ਰਹਿਣਗੇ ਉਹਨਾਂ ਨੂੰ ਪਾਠ ਸੁਣਾ ਦਿਓ ਇੱਕ ਤਾਂ ਆਪਾਂ ਇਹ ਕਰ ਲਿਆ ਕਰੀਏ ਕਿ ਹਰ ਮਹੀਨੇ ਆਪਣੇ ਦੋ ਪਾਠ ਹੋ ਜਾ ਕਰਨਗੇ ਉਹਦੇ ਨਾਲ ਤੁਸੀਂ ਜੁੜੀ ਜਾਓਗੇ ਜਿੰਨੇ ਜਿੰਨੇ ਬੱਚੇ ਹੋਰ ਜੁੜੀ ਜਾਣਗੇ ਉਹ ਨਾਲ ਆਈ ਜਾਣਗੇ ਇੱਕ ਆਪਣਾ ਕਿਉਂਕਿ ਕਾਫੀ ਭੈਣੀ ਸਾਹਿਬ ਤੋਂ ਵੀ ਆਏ ਨੇ ਇੱਥੇ ਕਾਫੀ ਅਖੰਡ ਪਾਠੀ ਵੀ ਹੈਗੇ ਨੇ ਇੱਕ ਆਪਾਂ ਇਹ ਕੋਸ਼ਿਸ਼ ਕਰੀਏ ਕਿ ਹਰ 3 ਮਹੀਨੇ ਵਿੱਚ ਇੱਕ ਅਖੰਡ ਪਾਠ ਵੀ ਕਰ ਲਿਆ ਕਰੀਏ ਇੱਕ ਤੇ ਮਰਿਆਦਾ ਰੱਖਣ ਦੀ ਜਾਂਚ ਬੱਚਿਆਂ ਨੂੰ ਆਉਂਦੀ ਰਹੇਗੀ ਉਹਦੇ ਨਾਲ ਅਖੰਡ ਪਾਠੀ ਵੀ ਬਣਦੇ ਰਹਿਣਗੇ ਇਹ ਦੋ ਚੀਜ਼ਾਂ ਆਪਾਂ ਸ਼ੁਰੂ ਕਰ ਲਈਏ ਆਪਣਾ ਅੱਗੋਂ ਵਾਸਤੇ ਹੋ ਜਾਵੇ ਤਾਂ ਕਿ ਆਪਣਾ ਚੱਲਦਾ ਰਹੇ ਇਹ ਇੱਕ ਆਦਤ ਬਣੀ ਰਹੇ ਕੁਝ ਬੱਚਿਆਂ ਨੇ ਸ਼ਬਦ ਗਾਏ ਨੇ ਹੁਣ ਸੰਗੀਤ ਸਿਖਾਉਣ ਵਾਲੇ ਵੀ ਇੱਥੇ ਹੈਗੇ ਨੇ ਤੇ ਵੱਧ ਤੋਂ ਵੱਧ ਬੱਚੇ ਸੰਗੀਤ ਵੀ ਸਿੱਖੋ ਜਿਹੜੇ ਹੋਰ ਵੀ ਜਿਹੜੇ ਸਿੱਖ ਸਕਦੇ ਨੇ ਉਹ ਵੀ ਸੰਗੀਤ ਸਿੱਖੋ ਇੱਕ ਚੀਜ਼ ਮੈਂ ਹੋਰ ਕਰਨੀ ਚਾਹਾਂਗਾ ਦੋ ਦਿਨਾਂ ਵਿੱਚ ਇੱਕ ਸਬਜੈਕਟ ਹੈ ਤੁਹਾਡੇ ਵਾਸਤੇ ਜੇ ਕੋਈ ਹੋਰ ਬੋਲਣਾ ਚਾਵੇ ਜਿਹੜਾ ਆਪਣੇ ਆਪ ਤਿਆਰੀ ਕਰ ਸਕਦਾ ਥੋੜੇ ਜੇ ਨੌਜਵਾਨਾਂ ਵਾਸਤੇ ਇਹ ਲਿਖ ਕੇ ਨਹੀਂ ਤੁਹਾਡੇ ਵਿਚਾਰ ਸੁਣਨਾ ਚਾਹਵਾਂਗਾ ਕਿ ਅੱਜ ਕੱਲ ਦੀ ਦੁਨੀਆ ਵਿੱਚ ਸਿੱਖੀ ਦੀ ਰੈਲੇਵੈਂਸ ਕੀ ਹੈ ਅੱਜ ਕੱਲ ਦੀ ਦੁਨੀਆ ਵਿੱਚ ਸਿੱਖੀ ਦੀ ਇੰਪੋਰਟੈਂਸ ਕੀ ਹੈ ਤੇ ਅਗਲੀ ਆਉਣ ਵਾਲੀ ਜਨਰੇਸ਼ਨ ਇਥੋਂ ਦੇ ਚੈਲੰਜਸ ਦੁਨੀਆ ਦੀ ਚੈਲੰਜਸ ਪੀਅਰ ਪ੍ਰੈਸ਼ਰ ਦੇਖਦਿਆਂ ਹੋਇਆਂ ਆਪਾਂ ਸਿੱਖੀ ਵਿੱਚ ਕਿਸ ਤਰ੍ਹਾਂ ਰਹਿ ਸਕਦੇ ਹਾਂ ਤੁਸੀਂ ਆਪਣੇ ਆਪ ਨੂੰ ਕਿਸ ਤਰ੍ਹਾਂ ਕਨਵਿੰਸ ਕਰ ਸਕਦੇ ਹੋ ਜਿਹੜੇ ਵੀ ਤੁਸੀਂ ਬੋਲਣਾ ਚਾਹੋ ਬੇਸ਼ੱਕ ਫਾਰਮਲੀ ਫਾਰਮਲੀ ਤੁਹਾਡੇ ਵਿਚਾਰ ਸੁਣਨਾ ਚਾਹਾਂਗਾ ਉਹ ਵਿਚਾਰ ਤੁਹਾਡੇ オリジナル ਹੋਣ ਇਹ ਸਬਜੈਕਟ ਇਸ ਤਰ੍ਹਾਂ ਦਾ ਨਹੀਂ ਕਿ ਤੁਸੀਂ ਕਿਸੇ ਤੋਂ ਲਿਖਾ ਕੇ ਲਿਆਓ ਇਹ ਤੁਹਾਡੀ ਜਨਰੇਸ਼ਨ ਹੈ ਤੁਸੀਂ ਫੇਸ ਕਰਨਾ ਤੁਹਾਡੇ ਬਹੁਤ ਚੰਗਾ ਲੱਗੇਗਾ ਕਿ ਆਪਣੇ ਵਿਚਾਰ ਸੁਣੀਏ ਕਿਉਂਕਿ ਇਹ ਚੈਲੰਜਸ ਆਪਾਂ ਅੱਗੋਂ ਫੇਸ ਕਰਨੇ ਨੇ ਉਹ ਕਰਨੇ ਤਾਂ ਕਿਰਪਾ ਪਾਤਸ਼ਾਹ ਜੀ ਦੀ ਹੋਣੀ ਹੈ ਸਤਿਗੁਰੂ ਜਗਜੀਤ ਸਿੰਘ ਸੱਚ ਪਾਤਸ਼ਾਹ ਕਿਰਪਾ ਕਰਨ ਆਪਾਂ ਉਹ ਫੇਸ ਕਰ ਸਕੀਏ ਇਸ ਦੁਨੀਆ ਵਿੱਚ ਬਾਕੀ ਸਾਰੀ ਸਫਲਤਾ ਦੇ ਨਾਲ ਨਾਲ ਅਸੀਂ ਆਪਣੀ ਸਿੱਖੀ ਕਾਇਮ ਰੱਖ ਸਕੀਏ ਉਹ ਜਿਹੜਾ ਸੱਚ ਪਾਤਸ਼ਾਹ ਦਾ ਉਪਦੇਸ਼ ਬਹੁਤ ਵਾਰੀ ਦੁਹਰਾਇਆ ਗਿਆ ਮੈਂ ਉਹਨੂੰ ਫਿਰ ਦੁਹਰਾਉਣਾ ਸੱਚ ਪਾਤਸ਼ਾਹ ਹੁਕਮ ਕਰਦੇ ਸ ਤੁਸੀਂ ਐਮਐਲਏ ਬਣੋ ਐਮਪੀ ਬਣੋ ਇੰਜੀਨੀਅਰ ਬਣੋ ਡਾਕਟਰ ਬਣੋ ਜ਼ਿੰਦਗੀ 'ਚ ਕਿੰਨੇ ਵੀ ਸਫਲ ਹੋ ਪਰ ਸਿੱਖ ਜ਼ਰੂਰ ਬਣੋ ਕਿ ਆਪਾਂ ਉਹ ਸਿੱਖੀ ਨੂੰ ਕਿਸ ਤਰ੍ਹਾਂ ਕਾਇਮ ਰੱਖ ਸਕਦੇ ਆ ਆਉਣ ਵਾਲੇ ਸਮੇਂ ਵਿੱਚ ਇਸ ਬਾਰੇ ਤੁਹਾਡੇ ਵਿਚਾਰ ਸੁਣਨ ਨੂੰ ਚੰਗਾ ਲੱਗੇਗਾ ਜਿਸ ਰੂਪ ਵਿੱਚ ਵੀ ਤੁਸੀਂ ਇੱਥੇ ਆ ਕੇ ਬੋਲਣਾ ਚਾਹੋਗੇ ਉਹ ਵੀ ਠੀਕ ਹੈ ਜੇ ਇਨਫਾਰਮਲੀ ਮੀਟਿੰਗ ਵਿੱਚ ਦੱਸਣਾ ਚਾਹੋਗੇ ਉਹ ਵੀ ਠੀਕ ਹੈ ਅੱਗੋਂ ਵਾਸਤੇ ਕੋਈ ਹੋਰ ਪ੍ਰੋਗਰਾਮ ਕਿਸੇ ਦੇ ਮਨ ਵਿੱਚ ਕੋਈ ਵੀ ਆਈਡੀਆ ਹੋਵੇ ਕਿ ਆਪਾਂ ਸੰਗਤ ਵਿੱਚ ਇਸ ਤਰ੍ਹਾਂ ਕਰਨਾ ਹੈ ਜਿਹਦੇ ਨਾਲ ਆਪਣਾ ਮਾਹੌਲ ਹੋਰ ਵਧੀਆ ਬਣਿਆ ਰਹੇ ਉਹਨਾਂ ਸਾਰਿਆਂ ਨੇ ਵੀ ਆਪਾਂ ਗੱਲਾਂ ਸੁਣ ਸਕਦੇ ਆਂ ਹੋਰ ਅਗਲੇ 2-3 ਦਿਨ ਇੱਥੇ ਆ ਇਹ ਤੁਹਾਡੇ ਨਾਲ 2-3 ਅਰਜ਼ਾਂ ਕਰਨੀਆਂ ਸੀ ਸਤ ਸ੍ਰੀ ਅਕਾਲ